ਹੁਣ ਭਗਵੰਤ ਮਾਨ ਹੋਰੀ ਕਹਿੰਦੇ ਵੀ ਜਿਹੜੀ ਖੱਟੜ ਨਾਲ ਮੀਟਿੰਗ ਹੋਈ ਆ ਮੈਂ ਕਹਿ ਕੇ ਆਇਆ ਕਿ ਪੰਜਾਬ ਦੇ ਕੋਲੇ ਇੱਕ ਵੀ ਬੂੰਦ ਪਾਣੀ ਵਾਧੂ ਨਹੀਂ ਜਿਹੜਾ ਤੁਹਾਨੂੰ ਦੇ ਦिए ਹੂੰ ਇਹਦਾ ਮਤਲਬ ਆ ਜਿਹੜਾ 72% ਪਾਣੀ ਪਹਿਲਾਂ ਬਾਹਰ ਜਾ ਰਿਹਾ ਉਹ ਵਾਧੂ ਆ ਹੂੰ ਜਿਹੜਾ 51% ਪਾਣੀ ਰਾਜਸਥਾਨ ਨੂੰ ਜਾ ਰਿਹਾ ਉਹ ਵਾਧੂ ਜਾ ਰਿਹਾ ਮਤਲਬ ਉਹ ਐਸਐਲ ਨਾ ਬੰਨੀ ਨਾ ਕਿਸੇ ਨੇ ਬੰਨ ਦੇਣੀ ਹੈਗੀ ਆ ਠੀਕ ਆ ਉਹਦੇ ਤੇ ਚਵਲਾ ਮਾਰਨ ਲੱਗ ਜਾਂਦੀ ਹੈ ਹਰਿਆਣੇ ਦੀ ਸਿਆਸਤ ਵੀ ਤੇ ਪੰਜਾਬ ਦੀ ਸਿਆਸਤ ਵੀ ਤੁਸੀਂ ਗੱਲ ਇਹ ਜੇ ਤੁਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਤੇ ਖੜੇ ਆ ਭਗਵੰਤ ਮਾਨ ਉਹ ਕਹਿਣ ਕਿ ਪੰਜਾਬ ਦੇ ਪਾਣੀਆਂ ਦਾ ਫੈਸਲਾ ਰਪੀਰੀਅਨ ਪ੍ਰਿੰਸੀਪਲ ਸਿਧਾਂਤ ਦੇ ਮੁਤਾਬਕ ਹੋਵੇ ਬਈ ਰਪੀਰੀਅਨ ਸਿਧਾਂਤ ਦੇ ਮੁਤਾਬਕ ਦੁਨੀਆ ਭਰ ਚ ਫੈਸਲਾ ਹੁੰਦਾ ਵੀ ਜਿੱਥੇ ਪਾਣੀ ਵਗਦਾ ਜਿੰਦੀ ਜ਼ਮੀਨ ਤੇ ਪਾਣੀ ਵਗਦਾ ਪਾਣੀ ਉਹਦਾ ਹੋਊਗਾ ਜ਼ਮੀਨ ਪੰਜਾਬ ਦੀ ਆ ਪੰਜਾਬ ਦੀ ਜ਼ਮੀਨ ਤੇ ਵਹਿਣ ਵਾਲਾ ਪਾਣੀ ਉਹ ਪੰਜਾਬ ਦਾ ਬੇਸਿਕ ਗੱਲ ਆ ਰਪੀਰੀਅਨ ਪ੍ਰਿੰਸੀਪਲ ਦੀ ਇਸ ਗੱਲ ਤੇ ਆਉਣ ਉਹ ਜੇ ਇਸ ਗੱਲ ਤੇ ਆਉਂਦੇ ਆ ਤਾਂ ਮੰਨ ਲਾਂਗੇ ਵੀ ਹਾਂ ਵੀ ਕੋਈ ਬਦਲਾਅ ਦੀ ਰਾਜਨੀਤੀ ਕਰ ਰਿਹਾ ਕੋਈ ਪੰਜਾਬ ਨੂੰ ਸੰਕਟ ਚੋਂ ਬਚਾਉਣ ਦੀ ਜਿਹੜੀ ਗੱਲ ਹੋ ਰਹੀ ਹੈ ਪੰਜਾਬ ਦੀ ਅਸੈਂਬਲੀ ਚ ਰੈਜ਼ੋਲੂਸ਼ਨ ਪਿਆ ਹੋਇਆ ਕਿ ਰਾਜਸਥਾਨ ਤੋਂ ਜਿਹੜੀ ਆ ਪਾਣੀਆਂ ਦੀ ਰਿਐਲਿਟੀ ਲੈਣੀ ਹੈਗੀ ਠੀਕ ਆ ਉਹਨੂੰ ਉਹਨੂੰ ਭੇਜੇ ਨੋਟਿਸ ਹਰ ਰਾਜਸਥਾਨ ਦੀ ਸਰਕਾਰ ਨੂੰ ਬਈ ਸਾਡਾ ਇੰਨਾ ਪੈਸਾ ਬਣਦਾ ਦਿਓ ਬਈ ਜੇ ਪੰਜਾਬ ਨੂੰ ਹੁਣ ਤੱਕ ਦੀ ਪਾਣੀ ਦੀ ਰਿਐਲਿਟੀ ਮਿਲ ਜੇ ਤਾਂ ਪੰਜਾਬ ਦੇ ਕੋਲੇ 32 ਲੱਖ ਕਰੋੜ ਰੁਪਇਆ ਪੈਸਾ ਆਉਂਦਾ ਤੇ ਪੰਜਾਬ ਸਰ ਟੋਟਲ ਕਿੰਨਾ 4 ਲੱਖ ਕਰੋੜ ਕਰਜ਼ਾ ਸਾਰਾ ਸਾਰਾ ਕਰਜ਼ਾ ਲਾ ਕੇ 28 ਲੱਖ ਕਰੋੜ ਰੁਪਏ ਪੰਜਾਬ ਕੋਲੇ ਬਜਦਾ ਐਜੂਕੇਸ਼ਨ ਹੈਲਥ ਸਾਰਾ ਕੁਝ ਜੋ ਮਰਜੀ ਲੋਕਾਂ ਨੂੰ ਫਰੀ ਦੇ ਦੇਣ ਪੰਜਾਬ ਦਾ ਇੰਨੀ ਵੱਡੀ ਲੁੱਟ ਹੋ ਰਹੀ ਹੈਗੀ ਆ ਤੇ ਇਹ ਪਾਣੀ ਦਾ ਮਸਲਾ ਸਿਰਫ ਐਸਵਾਈਐਲ ਨੂੰ ਸਮਝਦੇ ਠੀਕ ਹੈ ਪਾਣੀ ਦਾ ਮਸਲਾ ਇਸ ਕੱਲਾ ਐਸਵਾਈਐਲ ਨਹੀਂ ਪਾਣੀ ਦਾ ਮਸਲਾ ਕਿ ਸਾਰਾ ਰਿਪੀਅਰੀਅਨ ਪ੍ਰਿੰਸੀਪਲ ਦੇ ਮੁਤਾਬਕ ਹੱਲ ਹੋਵੇ ਪਰ ਪੰਜਾਬ ਦੇ ਵਿੱਚ ਅਸੀਂ ਕਿਰਤੀ ਕਿਸਾਨੀ ਉਹਨਾਂ ਵੱਲੋਂ ਪਿਛਲੇ ਦਿਨੀ ਭਗਵੰਤ ਮਾਨ ਦਾ ਹੀ ਹਲਕਾ ਤੂਰੀ ਤੇ ਇਹਦੇ ਇਹਨਾਂ ਦਾ ਜਿਹੜਾ ਲੋਕ ਸਭਾ ਹਲਕਾ ਸੀ ਉਹਦੇ ਚਾਰ ਵਿਧਾਨ ਸਭਾ ਹਲਕੇ ਅਮਰਗੜ ਧੂਰੀ ਸ਼ੇਰਪੁਰ ਤੇ ਮਲੇਰਕੋਟਲਾ ਉਹਦੇ 45 ਪਿੰਡ ਜਿਹੇ ਆ ਜਿੱਥੇ 47 ਤੋਂ ਬਾਅਦ ਇੱਕ ਵੀ ਨਹਿਰੀ ਪਾਣੀ ਦੀ ਬੂੰਦ ਨਹੀਂ ਮਿਲੀ ਅੱਜ ਤੱਕ ਨਹਿਰੀ ਪਾਣੀ ਨਹੀਂ ਮਿਲਿਆ ਔਰ ਉਹ ਡਾਰਕ ਜ਼ੋਨ ਨਹੀਂ ਰੈੱਡ ਜ਼ੋਨ ਚੋਂ ਦੇ ਪਾਣੀ ਖਤਮ ਹੋਣ ਵਾਲਾ ਜੇ ਬਾਕੀ ਪੰਜਾਬ ਚੋਂ 12-15 ਸਾਲਾਂ ਵਿੱਚ ਪਾਣੀ ਖਤਮ ਹੋਣਾ ਉੱਥੇ 5 ਸਾਲਾਂ ਨੂੰ ਹੋ ਜਾਣਾ ਉੱਥੇ ਅਸੀਂ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਅੰਦੋਲਨ ਜਿਹੜਾ ਹੈਗਾ ਵਿੱਡਿਆ ਹੋਇਆ ਪਰ ਉਹਦਾ ਅਸਰ ਹੈ ਕਿ ਨਹਿਰੀ ਵਿਭਾਗ ਉਹ ਜਿਹੜਾ ਉੱਥੇ ਸਰਵੇ ਕਰ ਰਿਹਾ ਹੈਗਾ ਵੀ ਸ਼ਾਇਦ ਨਹਿਰੀ ਪਾਣੀ ਉੱਥੇ ਮਿਲ ਸਕਦਾ ਸੀ ਅੰਦੋਲਨ ਨੂੰ ਇਸੇ ਤਰ੍ਹਾਂ ਉਹ ਜਿਹੜਾ ਜਾਰੀ ਰੱਖਣਾ ਕਪੂਰਥਲਾ ਦੋ ਦਰਿਆਵਾਂ 'ਚ ਪੈਣ ਵਾਲਾ ਜ਼ਿਲ੍ਹਾ ਉੱਥੇ ਨਹਿਰ ਨਹੀਂ ਹੈਗੀ ਫਾਜ਼ਲਕਾ ਬੋਰ ਇੱਕ ਇੱਕ ਪਿੰਡ 'ਚ 10-10 ਹਜ਼ਾਰ ਦਾ ਪਾਣੀ ਮੁੱਲ ਵਿਕਦਾ ਕੀ ਕਦੇ ਸੋਚਿਆ ਸੀ ਕਿਸੇ ਨੇ ਕਿ ਪੰਜਾਬ ਜਿੰਦੇ ਪਾਣੀ ਨਾਲ ਹਰਿਆਣਾ ਪਲਦਾ ਜਿੰਦੇ ਪਾਣੀ ਨਾਲ ਰਾਜਸਥਾਨ ਪਲਦਾ ਜਿੰਦੇ ਪਾਣੀ ਨਾਲ ਦਿੱਲੀ ਪਲਦੀ ਆ ਉੱਥੋਂ ਦੇ ਬਸ਼ਿੰਦੇ ਪਾਣੀ ਖੁੱਲ ਖੁਦ ਮੁੱਲ ਲੈਣਗੇ ਇੱਕ ਪਿੰਡ ਚ 10 ਹਜ਼ਾਰ ਦਾ ਪਾਣੀ ਮੁੱਲ ਵਿਕ ਰਿਹਾ ਤੇ ਜਿਹੜੇ ਪਿੰਡਾਂ ਦੇ ਕਈ ਮਜ਼ਦੂਰ ਨੇ ਦਲਤ ਗਰੀਬ ਪਰਿਵਾਰ ਨੇ ਉਹ ਤਾਂ ਟੈਂਕਰ ਵਾਲਾ ਆਉਂਦਾ ਘਰ 'ਚ ਪੈਸੇ ਨਹੀਂ ਹੁੰਦੇ ਮੰਤ ਕਰਦੇ ਆ ਬਈ ਸਾਨੂੰ 2-4 ਲੀਟਰ ਦੇ ਦਿਓ ਯਾਰ ਪੀਣ ਵਾਲਾ ਪਾਣੀ ਇਹ ਹਾਲਤ ਪੰਜਾਬ ਦੀ ਧਰਤੀ ਦੀ ਹੋਗੀ ਜਿਹੜੀ ਪੰਜ ਦਰਿਆਵਾਂ ਦੀ ਸੀ ਤੇ ਅੱਜ ਜਿਹੜਾ ਇਹ ਫਰੀਦਕੋਟ ਦੇ ਵਿੱਚ ਹੋਇਆ ਇਹ ਬਹੁਤ ਸ਼ੋਭਸ਼ਗਣਾ ਕਿ ਪਹਿਲੀ ਵਾਰੀ ਹੋਇਆ ਜਿਹੜੇ ਲੋਕ ਪਾਣੀ ਨੂੰ ਧਰਮ ਦਾ ਮੁੱਦਾ ਬਣਾਉਂਦੇ ਰਹੇ ਕਿ ਪਾਣੀ ਧਰਮ ਦਾ ਮੁੱਦਾ ਨਹੀਂ ਪਾਣੀ ਪੰਜਾਬੀਆਂ ਦਾ ਮੁੱਦਾ ਹਰ ਉਸ ਬੰਦੇ ਦਾ ਮੁੱਦਾ ਜਿੰਨੇ ਪਾਣੀ ਪੀਣਾ ਤੇ ਆ ਦੇ ਸ਼ਹਿਰੀ ਲੋਕ ਵੱਡੀ ਗਿਣਤੀ ਚ ਤੇ ਕਿਸਾਨ ਜਥੇਬੰਦੀਆਂ ਨੇ ਜੋ ਸ਼ਹਿਰ ਚ ਕੀਤਾ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਕਿ ਆ 8 ਕਿਲੋਮੀਟਰ ਲੰਬਾ ਸਟ੍ਰੈਚ ਜਿਹੜਾ ਫਰੀਦਕੋਟ ਚ 70% ਫਰੀਦਕੋਟ ਦਾ ਪੀਣ ਵਾਲਾ ਪਾਣੀ ਲੋਕ ਇੱਥੋਂ ਜਾਂਦੇ ਆ 100 ਦੇ ਕਰੀਬ ਨਾਲ ਕਾ ਇਥੇ ਨਹਿਰ ਦੇ ਕੰਡੇ ਲੱਗਾ ਹੋਇਆ ਤੇ ਜਦੋਂ ਇਹ ਨਹਿਰ ਦੀ ਬੰਦੀ ਆ ਜਾਂਦੀ ਆ ਹਰਿੰਦਰਾ ਨਗਰੀ ਨਹਿਰ ਦੀ ਬੰਦੀ ਆ ਜਾਂਦੀ ਇੱਥੇ TDS 700 ਹੋ ਜਾਂਦਾ ਪਾਣੀ ਦਾ ਜਦੋਂ ਨਹਿਰ ਚੱਲਦੀ ਹੈ TDS 2.5 300 ਰਹਿ ਜਾਂਦਾ ਤੁਸੀਂ ਇਹ ਦੇਖ ਲਓ ਕਿ ਨਹਿਰੀ ਪਾਣੀ ਜਿਹੜੀ ਸੀਪੇਜ ਹੋ ਕੇ ਕਿੱਥੋਂ ਤੱਕ ਪਾਣੀ ਜਿਹੜਾ ਪੀਣ ਵਾਲਾ ਸਾਫ਼ ਪਾਣੀ ਜਿਹੜਾ ਹੈਗਾ ਮਿਲਦਾ ਪਿੰਡਾਂ ਦੇ ਬਹੁਤ ਸਾਰੇ ਪਿੰਡਾਂ ਦੇ ਪਿੰਡ ਨਹਿਰਾਂ ਦੇ ਕੰਢਿਆਂ ਜਿਹੜੇ ਨਲਕੇ ਲੱਗੇ ਉੱਥੋਂ ਪੀਣ ਵਾਲਾ ਪਾਣੀ ਲੈ ਕੇ ਜਾਂਦੇ ਆ ਬੋਰ ਕਰਾਏ ਹੋਏ ਹੈਗੇ ਆ ਤੇ ਜੇ ਨਹਿਰਾਂ ਪੱਕੀਆਂ ਹੁੰਦੀਆਂ ਨੇ ਫਾਈਬਰ ਦੀ ਸ਼ੀਟ ਪਾਉਣੀ ਆ ਇਹ ਨਹਿਰ ਨਹੀਂ ਹੋਊਗੀ ਇਹ ਸਮਝ ਲਓ ਇੱਕ ਤਰ੍ਹਾਂ ਦੀ ਪਾਈਪ ਹੀ ਹੋਊਗੀ